ਖਿੱਤੇ ਦੇ ਨਰਮਾ ਪੱਟੀ ਵਜੋਂ ਜਾਣੇ ਜਾਂਦੇ ਤਲਵੰਡੀ ਸਾਬੋ ਖਿੱਤੇ ਵਿੱਚ ਤੇਜ਼ ਝੱਖੜ ਨਾਲ ਹੋਈ ਗੜੇਮਾਰੀ ਨਾਲ ਨਰਮੇ ਦੀ ਫਸਲ ਦੇ ਹੋਏ ਭਾਰੀ ਨੁਕਸਾਨ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਦੇ ਸਾਬਕਾ ਵਿਧਾਇਕ ਜੀਤਮਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਲਈ ਤੁਰੰਤ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਜ ਖੇਤਰ ਦੇ ਵੱਖ ਵੱਖ ਪਿੰਡਾਂ ਦੀ ਖਰਾਬ ਹੋਈ ਫਸਲ ਦੇਖਣ ਤੋਂ ਬਾਅਦ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਮਾਲਵੇ ਦੀ ਉਕਤ ਨਰਮਾ ਪੱਟੀ ਦੇ ਕਿਸਾਨ ਚਿੱਟੀ ਮੱਖੀ ਦੇ ਨਾਲ ਬੀਤੇ ਸਮੇਂ ਵਿੱਚ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਤੋਂ ਮਸਾਂ ਹੀ ਉੱਭਰ ਕੇ ਦੁਬਾਰਾ ਨਰਮੇ ਦੀ ਕਾਸ਼ਤ ਵੱਲ ਵਧੇ ਸਨ। ਇਹ ਕੁਦਰਤ ਵੱਲੋਂ ਪਈ ਇਸ ਮਾਰ ਨੇ ਉਹਨਾਂ ਨੂੰ ਆਰਥਿਕ ਪੱਖੋਂ ਫਿਰ ਤੋਂ ਹੌਲੇ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਤਾਂ ਨਰਮੇ ਦੀ ਫਸਲ ਅੱਧੀ ਤੋਂ ਲੈ ਕੇ ਪੂਰੀ ਤੱਕ ਖਰਾਬ ਹੋ ਗਈ ਹੈ ਅਤੇ ਪਹਿਲਾਂ ਹੀ ਕਰੰਟ ਹੋਣ ਕਾਰਨ ਦੋ ਦੋ ਵਾਰ ਨਰਮੇ ਦੀ ਬਿਜਾਈ ਕਰ ਚੁੱਕੇ ਕਿਸਾਨਾਂ ਨੂੰ ਹੁਣ ਮੌਸਮ ਦੀ ਮਾਰ ਨੇ ਆਰਥਿਕ ਪੱਖੋਂ ਹੌਲੇ ਕਰ ਦਿੱਤਾ ਹੈ। ਸਾਬਕਾ ਵਿਧਾਇਕ ਨੇ ਪਿੰਡ ਨਾਗਲਾ ਦੀ ਲਗਭਗ 1500 ਏਕੜ ਖਰਾਬ ਹੋਈ ਫਸਲ ਦੇਖ ਕੇ ਕਿਹਾ ਕਿ ਕਿਸਾਨਾਂ ਵੱਲੋਂ ਉਹਨਾਂ ਕੋਲ ਪਹੁੰਚਾਈਆਂ ਗਈਆਂ ਸੂਚਨਾਵਾਂ ਤੋਂ ਪਤਾ ਲੱਗਾ ਹੈ ਕਿ ਉਕਤ ਝੱਖੜ ਨਾਲ ਨਾ ਕੇਵਲ ਨਰਮੇ ਦੀ ਫਸਲ ਸਗੋਂ ਬਹੁਤੇ ਪਿੰਡਾਂ ਵਿੱਚ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਖੇਤਾਂ ਵਿੱਚ ਖੜ੍ਹੀਆਂ ਮੋਟਰਾਂ ਘਰਾਂ ਵਿੱਚ ਖੜ੍ਹੇ ਟਰੈਕਟਰਾਂ ਦੇ ਨਾਲ ਨਾਲ ਕਈ ਥਾਈਂ ਪਸ਼ੂਆਂ ਤੱਕ ਵੀ ਨੁਕਸਾਨ ਪਹੁੰਚਿਆ। ਉਹਨਾਂ ਇਸ ਮੌਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਕਤ ਇਲਾਕੇ ਵਿੱਚ ਫਸਲਾਂ ਦੇ ਹੋਏ ਨੁਕਸਾਨ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ ਲਈ ਯੋਗ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਦੀ ਪੂਰੀ ਫਸਲ ਖਰਾਬ ਹੋ ਗਈ ਹੈ ਉਹਨਾਂ ਨੂੰ ਘੱਟੋ ਘੱਟ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਨਾਲ ਨਾਲ ਗਰੀਬ ਪਰਿਵਾਰਾਂ ਨੂੰ ਘੱਟ ਤੋਂ ਘੱਟ 10,000 ਰੁਪਏ ਅਤੇ ਘਰਾਂ ਵਹੀਕਲਾਂ ਅਤੇ ਹੋਰ ਕਿਸਾਨਾਂ ਦੇ ਮਾਲ ਅਸਬਾਬ ਦੇ ਹੋਏ ਨੁਕਸਾਨ ਦੀ ਵੀ ਸਰਕਾਰ ਤੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਹਲਕਾ ਤਲਵੰਡੀ ਸਾਬੋ ਦੇ ਲਗਭਗ 25 ਪਿੰਡਾਂ ਦੇ ਵਿੱਚ ਜੋ ਪਿਛਲੇ ਦਿਨੀ ਗੜੇਮਾਰੀ ਹੋਈ ਹੈ ਉਹਦੇ ਨਾਲ ਨਰਮੇ ਦੀ ਫਸਲ 100% ਬਰਬਾਦ ਹੋ ਗਈ ਹੈ ਅਤੇ ਮੈਂ ਹੁਣ ਨੰਗਲੇ ਪਿੰਡ ਵਿੱਚ ਖੜ੍ਹਾਂ ਅਤੇ ਉਸ ਖੇਤ ਵਿੱਚ ਖੜ੍ਹਾਂ ਜਿੱਥੇ ਨਰਮਾ ਬੀਜਿਆ ਹੋਇਆ ਸੀ ਅਤੇ ਅੱਜ ਇੱਕ ਵੀ ਨਰਮੇ ਦਾ ਬੂਟਾ ਇੱਥੇ ਦਿਖਦਾ ਨਹੀਂ ਅਤੇ ਲੋਕਾਂ ਨੇ ਤਾਂ ਪਿਛਲੇ ਦਿਨਾਂ 'ਚੋਂ ਜਿੱਥੇ ਜਿੱਥੇ ਇਹ ਨੁਕਸਾਨ ਹੋਇਆ ਸੀ ਉੱਥੇ ਆਪਦੇ ਵਾਹਣ ਵੀ ਵਾਹੁਣੇ ਸ਼ੁਰੂ ਕਰ ਦਿੱਤੇ। ਮੈਂ ਤਾਂ ਇਹੀ ਕਹਿੰਦਾ ਕਿ ਰੱਬ ਦੀ ਐਡੀ ਵੱਡੀ ਇਕਰੂਪੀ ਹੋਈ ਹੈ ਕਿਸਾਨਾਂ ਦੇ ਉੱਤੇ ਅਤੇ ਪਹਿਲਾਂ ਹੀ ਕਿਸਾਨੀ ਮਰੀ ਪਈ ਹੈ ਅਤੇ ਹੁਣ ਮੌਕਾ ਹੈ ਕਿ ਪੰਜਾਬ ਸਰਕਾਰ ਜਾਗੇ ਅਤੇ ਮੇਰੇ ਜਿਹੜੇ ਇੱਥੇ ਕਿਸਾਨ ਵੀਰ ਨੇ ਘੱਟੋ ਘੱਟ 4,000 ਹੈਕਟਰ ਨਰਮਾ ਖਰਾਬ ਹੋਇਆ ਹਲਕਾ ਤਲਵੰਡੀ ਸਾਬੋ ਦੇ ਵਿੱਚ 25 ਪਿੰਡ ਨੇ ਅਤੇ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਘੱਟੋ ਘੱਟ ਮੈਂ ਸਮਝਦਾ 50,000 ਰੁਪਇਆ ਏਕੜ ਕਿਉਂਕਿ ਹੁਣ ਫਸਲ ਵੀ ਹੋਰ ਕੋਈ ਬੀਜੀ ਨਹੀਂ ਸਮਾਂ ਇਹੋ ਜਿਹਾ ਆ ਗਿਆ ਫਸਲ ਵੀ ਹੋਰ ਕੋਈ ਬੀਜੀ ਨਹੀਂ ਜਾਣੀ ਇਕੱਲਾ ਇਹੀ ਨਹੀਂ ਇੱਕ ਜਿੱਥੇ ਕਿਸਾਨ ਦਾ ਨਰਮਾ ਮਰਿਆ ਉੱਥੇ ਨਾਲ ਜਿਹੜਾ ਕਿਸਾਨ ਦਾ ਨਾਲ ਮੋਢੇ ਨਾਲ ਮੋਢਾ ਲਾ ਕੇ ਦਿਹਾੜੀ ਕਰ ਰਿਹਾ ਸੀ ਉਹਦੀ ਵੀ ਦਿਹਾੜੀ ਮਰ ਗਈ ਅਤੇ ਇੱਕ ਹੋਰ ਗੱਲ ਵੱਡੀ ਆ ਰਹੀ ਹੈ ਸਾਹਮਣੇ ਜੋ ਹੁਣ ਮੈਂ ਪਿੰਡਾਂ 'ਚ ਗਿਆ ਕਿ ਲੋਕਾਂ ਨੇ 20-25, 25-30 ਹਜ਼ਾਰ ਰੁਪਇਆ ਠੇਕੇ 'ਤੇ ਲੈ ਕੇ ਬਾਨ ਨਰਮਾ ਬੀਜਿਆ ਸੀ ਠੇਕਾ ਉਹਨਾਂ ਨੇ ਦੇ ਦਿੱਤਾ ਅਤੇ ਜਿਹਨੇ ਠੇਕਾ ਲੈ ਲਿਆ ਉਹਦੇ ਵਾਸਤੇ ਤਾਂ ਉਹਨੂੰ ਪੈਸਾ ਮਿਲ ਗਿਆ ਪਰ ਜਿਹਨੇ ਠੇਕੇ 'ਤੇ ਵਾਹਨ ਲਿੱਤਾ ਉਹਨੇ ਬੀਜ ਕੇ ਉਹਦਾ ਨਰਮਾ ਮਰ ਗਿਆ ਉਹਦਾ ਤਾਂ ਦੂਰਾ ਨੁਕਸਾਨ ਹੋ ਗਿਆ। ਸੋ ਸਰਕਾਰ ਨੂੰ ਜਲਦੀ ਤੋਂ ਜਲਦੀ ਗਰਦੌਰੀ ਕਰਾਉਣੀ ਚਾਹੀਦੀ ਹੈ ਸਪੈਸ਼ਲ ਗਰਦੌਰੀ ਹੋਣੀ ਚਾਹੀਦੀ ਹੈ ਅਤੇ 50,000 ਰੁਪਇਆ ਉਹ ਅਤੇ ਘੱਟੋ ਘੱਟ 10,000 ਰੁਪਇਆ ਜਿਹੜੇ ਮੇਰੇ ਗਰੀਬ ਪਰਿਵਾਰ ਨੇ ਨਿਰਭਰ ਨੇ ਖੇਤੀ ਦੇ ਨਾਲ ਦਿਹਾੜੀ ਕਰਕੇ ਉਹਨਾਂ ਨੂੰ ਪੈਸਾ ਮਿਲਣਾ ਚਾਹੀਦਾ। ਇਕੱਲਾ ਇਹ ਨਹੀਂ ਕਈ ਪਿੰਡਾਂ ਵਿੱਚ ਮੈਂ ਹੁਣ ਇਹ ਵੀ ਦੇਖਿਆ ਕਿ ਜਿੱਥੇ ਚਰੀ ਬੀਜੀ ਹੋਈ ਸੀ ਉਹ ਵੀ ਸਾਰੀ ਬਰਬਾਦ ਹੋ ਗਈ ਹੈ ਅਤੇ ਜੋ ਚਰੀ ਬਰਬਾਦ ਹੋਈ ਹੈ ਉਹਦਾ ਵੀ ਮੁਆਵਜ਼ਾ ਮੇਰੇ ਕਿਸਾਨ ਵੀਰਾਂ ਨੂੰ ਮਿਲਣਾ ਚਾਹੀਦਾ।